सेंट्रल गवर्नमेंट वालों बी एस एफ का जो कार क्षेत्र हैगा उन्हूं 50 किलोमीटर तक प्रवानगी दी गई है, जिसनों लैके पंजाब दे विच काफ़ी इस वक्त जिहड़ा माहौल हैगा वो तनाव भरिया हो गया हैगा। सारिया पार्टियां दे खिलाफ हैगियां ने, जिन्नियां भी पोलीटिकल पार्टियां हैगियां ने। सुखबीर बादल वालों भी अज एक बहुत वड्डी रैली की गई इस संबंध दे विच। 8 तरीक नूं पंजाब सरकार एक विधानसभा का सैशन बुला रही है, सर्व पार्टी मीटिंग भी हुई है, जिहदे विचों बीजेपी बाहर सी। मेरे नाल इस वक्त मौजूद हैगे ने उगे समाज सेवी डॉक्टर प्यारेलाल गर्ग। गर्ग साहब, बी एस एफ का जिहड़ा अधिकार क्षेत्र है 50 किलोमीटर अगे बढ़ा दिता गया, 4-5 जिहड़े अपने डिस्ट्रिक्ट हैगे ने उन्हां च काफ़ी वड्डी मार पै रही है, ਤੁਸੀਂ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਸਰ ਜੀ, ਸੱਤ ਡਿਸਟ੍ਰਿਕਟ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜੀ। ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੋ ਕੁਛ ਇਹਨਾਂ ਨੇ ਹੁਣ ਫੈਸਲਾ ਕੀਤਾ ਜੀ, ਉਸ ਫੈਸਲੇ ਦਾ ਨਾ ਪੱਖੀ ਅਸਰ ਇਹਨਾਂ ਸਾਰਿਆਂ ਜ਼ਿਲ੍ਹਿਆਂ 'ਚ ਹੀ ਪੈਣਾ ਹੈ 6 ਜ਼ਿਲ੍ਹਿਆਂ 'ਚ। ਅਤੇ ਕਰਿਆ ਕੀ ਹੈ, ਇਹ ਕਹਿ ਕੇ ਕਿ ਜੀ ਇਹਨਾਂ ਦੇ ਡਰੋਨ ਆਉਂਦੇ ਨੇ, ਇਹਨਾਂ ਦੇ ਟਿਫਨ ਬੰਬ ਆਉਂਦੇ ਨੇ, ਇਹਨਾਂ ਦੇ ਮਾਡਿਊਲ ਆਉਂਦੇ ਨੇ, ਇੱਥੋਂ ਨਸ਼ਾ ਆਉਂਦਾ ਹੈ, ਇੱਥੋਂ ਅੱਤਵਾਦੀ ਆਉਂਦੇ ਨੇ, ਇੱਥੋਂ ISI ਦੀਆਂ ਕਾਰਵਾਈਆਂ ਵਾਲੇ ਆਉਂਦੇ ਨੇ, ਇੱਥੋਂ ਪਾਕਿਸਤਾਨ ਦੇ ਏਜੰਟ ਆਉਂਦੇ ਨੇ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ। ਅਸੀਂ ਸਾਰੇ ਮਿਲ ਕੇ ਪਰਾਲੀ ਨੂੰ ਨਾ ਸਾੜ ਕੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾ ਸਕਦੇ ਹਾਂ, ਨਾਲ ਹੀ ਪਰਾਲੀ ਨਾਲ ਸਾਡੀ ਜ਼ਮੀਨ ਦਾ ਝਾੜ ਵੀ ਵਧਾ ਸਕਦੇ ਹਾਂ। ਜੇ ਆਪਾਂ ਮਤਲਬ ਕਣਕ ਦੇ ਝੋਨੇ ਦੇ ਨਾੜ ਨੂੰ ਅੱਗ ਨਹੀਂ ਲਾਵਾਂਗੇ, ਉਹਨੂੰ ਮਿੱਟੀ ਵਿੱਚ ਹੀ ਮਿਲਾਵਾਂਗੇ, ਤਾਂ ਉਹਦੇ ਨਾਲ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਹੈ ਬਹੁਤ ਹੀ ਚੰਗੀ ਬਣਦੀ ਹੈ ਅਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਸਰਕਾਰ ਵੱਲੋਂ ਹੋਰ ਬਹੁਤ ਜ਼ਿਆਦਾ ਪਿੰਡਾਂ 'ਚ ਕੈਂਪ ਲਗਾ ਕੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਜਾਗਰੂਕ ਕਰਿਆ ਜਾ ਰਿਹਾ ਹੈਗਾ। ਇਹ ਸਰਕਾਰ ਦਾ ਬੜਾ ਹੀ ਵਧੀਆ ਅੱਛਾ ਕਦਮ ਹੈ। ਜੋ ਪੰਜਾਬ ਸਰਕਾਰ ਆਪਾਂ ਨੂੰ ਕਿਸਾਨਾਂ ਦੀ ਬਹੁਤ ਜ਼ਿਆਦਾ ਜਿਹੜੀ ਹੁਣ ਮਦਦ ਕਰ ਰਹੀ ਆਪਾਂ ਨੂੰ ਸਬਸਿਡੀ ਦੇ ਕੇ ਮਸ਼ੀਨਰੀ ਦੇ ਉੱਤੇ, ਤਾਂ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ, ਕਿਉਂਕਿ ਉਹਦੇ ਨਾਲ ਇੱਕ ਤਾਂ ਆਪਣਾ ਵਾਤਾਵਰਨ ਬੜਾ ਦੂਸ਼ਿਤ ਹੁੰਦਾ ਅਤੇ ਦੂਜਾ ਜਿਹੜੀ ਖੇਤ ਦੀ ਉਪਜਾਊ ਸ਼ਕਤੀ ਹੈ ਉਹ ਵੀ ਘੱਟ ਹੁੰਦੀ ਹੈ, ਕਿਤੇ ਨਾ ਕਿਤੇ ਆਪਣੇ ਜਿਹੜੇ ਮਿੱਤਰ ਕੀੜੇ ਆ ਉਹ ਵੀ ਇਹਦੇ ਨਾਲ ਸੜ ਜਾਂਦੇ ਆ। 3 ਸਾਲ ਮੈਨੂੰ ਹੋ ਗਏ, ਮੈਂ ਕਿਤੇ ਵੀ ਅੱਗ ਨਹੀਂ ਲਾਈ, ਵਧੀਆ ਰਿਜ਼ਲਟ ਆ ਰਹੇ ਆ। ਜਦ ਤੋਂ ਇਹ ਵਾਹਣ ਲੱਗਿਆਂ ਵਿੱਚ ਖੇਤ ਪੋਲਾ ਰਹਿੰਦਾ ਬਿਲਕੁਲ, ਅਤੇ ਝਾੜ ਦਾ ਵੀ ਬਹੁਤ ਫਰਕ ਪਿਆ। ਇੱਕ ਕਿਸਾਨ ਭਰਾਵਾਂ ਨੂੰ ਹੋਰ ਅਪੀਲ ਹੈ, ਜੋ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ, ਇਹ ਜੋ ਨਾੜ ਹੈ ਪਰਾਲੀ ਦੇ ਨਾ ਸਾੜੋ, ਵਾਤਾਵਰਨ ਸਾਫ਼ ਰਹੂਗਾ, ਆਪਣੇ ਬੱਚੇ ਤੰਦਰੁਸਤ ਰਹਿਣਗੇ, ਆਉਣ ਵਾਲੀ ਪੀੜ੍ਹੀਆਂ ਤੰਦਰੁਸਤ ਰਹਿਣਗੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਮਸ਼ੀਨਾਂ ਸੁਪਰ SMS, ਹੈਪੀ ਸੀਡਰ, ਸੁਪਰ ਸੀਡਰ ਅਤੇ ਜ਼ੀਰੋ ਟਿਲ ਡਰਿਲ ਦੀ ਵਰਤੋਂ ਕਰੋ। ਕਿਸੇ ਵੀ ਮਸ਼ੀਨ ਨੂੰ ਕਿਰਾਏ ਤੇ ਲੈਣ ਲਈ ਹੁਣ iFarm ਮੋਬਾਈਲ ਐਪ ਡਾਊਨਲੋਡ ਕਰੋ। ਪਰਾਲੀ ਨਾ ਸਾੜੇ ਜੋ ਸਭ ਤੋਂ ਸਮਝਦਾਰ ਹੋ। 15 ਕਿਲੋਮੀਟਰ ਤੱਕ ਪਹਿਲਾਂ ਹੀ ਦਾਇਰਾ ਸੀ, ਉਹ 15 ਕਿਲੋਮੀਟਰ ਤੱਕ ਵੀ ਅਸੀਂ ਫੜ ਨਹੀਂ ਸਕਦੇ, ਫਿਰ ਉਹ ਪੰਜਾਬ 'ਚ ਚਲੇ ਜਾਂਦੇ ਨੇ, ਫਿਰ ਪੰਜਾਬ ਦੀ ਪੁਲਿਸ ਨੂੰ ਸਹਿਯੋਗ ਨਹੀਂ ਦਿੰਦੀ। ਇਸ ਕਰਕੇ ਅਸੀਂ ਇਹ ਦਾਇਰਾ ਵਧਾਇਆ ਤਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਨਾਲ ਕੋਈ ਨੁਕਸਾਨ ਨਾ ਕਰ ਸਕੇ। ਇਹ ਇਹਨਾਂ ਦਾ ਦਲੀਲ ਹੈ ਸਰਕਾਰ ਦੀ, ਕੇਂਦਰ ਸਰਕਾਰ ਦੀ। ਵੱਡੀ ਗੱਲ ਇਹ ਹੈ ਕਿ ਗੁਜਰਾਤ ਦੇ ਵਿੱਚ ਕਿਸ਼ਤੀ ਰਾਹੀਂ ਜਿਹੜੇ ਆਏ ਉਹ ਵੀ ਗੁਜਰਾਤ 'ਚੋਂ ਆਏ। ਜਿਹੜੀ ਐਡੀ ਵੱਡੀ ਹੀਰੋਇਨ ਦੀ ਵੱਡੀ ਖੇਪ ਫੜੀ ਗਈ ਹੈ ਅਡਾਨੀ ਵਾਲੀ, ਉਹ ਵੀ ਗੁਜਰਾਤ 'ਚੋਂ ਆਈ ਹੈ। ਪਰ ਗੁਜਰਾਤ ਦਾ 80 ਕਿਲੋਮੀਟਰ ਤੋਂ ਘਟਾ ਕੇ 50 ਕਿਲੋਮੀਟਰ ਕਰਤਾ। ਉੱਥੋਂ ਤਾਂ ਵੱਡੇ ਵੱਡੇ ਸਮੱਗਲਰ ਅਤੇ ਵੱਡੇ ਅੱਤਵਾਦੀ ਆ ਰਹੇ ਨੇ, ਜਿਨ੍ਹਾਂ ਨੇ ਆ ਕੇ ਐਡਾ ਵੱਡਾ ਕਾਂਡ ਕਰਿਆ ਅੱਤਵਾਦੀਆਂ ਨੇ, ਅਤੇ ਜਿਹੜੀ ਐਡੀ ਵੱਡੀ ਖੇਪ ਆਈ ਹੈ ਇੰਨੀ ਤਾਂ ਕਦੇ ਪੰਜਾਬ 'ਚ ਫੜੀ ਹੋ ਨਹੀਂ ਗਈ। ਸੋ ਇੱਕ ਤਾਂ ਇਹ ਗੱਲ ਹੈ। ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਕਹਿੰਦੇ ਨੇ ਕਿ ਸਾਡੀ BSF ਜਿੱਦਾਂ ਸਲਵਿੰਦਰ ਸਿੰਘ SP ਗੁਰਦਾਸਪੁਰ ਬਾਰਡਰ ਦੇ ਉੱਤੇ ਗਿਆ ਸੀ, ਉਦੋਂ ਬਾਅਦ ਪਠਾਨਕੋਟ ਦੀ ਛਾਉਣੀ 'ਤੇ ਹਮਲਾ ਹੋਇਆ, ਦੀਨਾਨਗਰ ਥਾਣੇ 'ਤੇ ਹਮਲਾ ਹੋਇਆ। ਉਹ ਸਲਵਿੰਦਰ ਸਿੰਘ ਕਹਿੰਦਾ ਮੈਂ ਨਸ਼ਿਆਂ ਦਾ ਸੌਦਾ ਕਰਨ ਗਿਆ ਸੀ। ਉਹ ਸਲਵਿੰਦਰ ਸਿੰਘ ਉੱਥੇ ਕਿਵੇਂ ਪਹੁੰਚਿਆ? BSF ਦਾ ਤਾਂ ਪਹਿਰਾ ਸੀ, ਉਦੋਂ BSF ਨੇ ਕੀ ਕਰਿਆ? ਸੋ ਜੇ BSF 15 ਕਿਲੋਮੀਟਰ 'ਚ ਨਹੀਂ ਰੋਕ ਸਕਦੀ, ਫਿਰ 50 'ਚ ਕਿਵੇਂ ਰੋਕ ਲੂਗੀ? ਨਫ਼ਰੀ ਤਾਂ ਉਹਦੀ ਪਹਿਲਾਂ ਹੀ ਨਹੀਂ ਇੰਨੀ, ਹੋਰ ਨਫ਼ਰੀ ਘੱਟ ਜੂਗੀ? 50 ਕਿਲੋਮੀਟਰ ਦਾ ਦਾਇਰਾ ਦੇ ਤਾ ਤਾਂ ਹੋਰ ਤਾਂ ਜਮਾਂ ਹੀ ਉਹ ਚਿੱਧੀ ਹੋ ਜੂਗੀ। ਹੁਣ ਅਸਲ 'ਚ ਫਿਰ ਉਦੇਸ਼ ਕੀ ਹੈ? ਸਵਾਲ ਸਾਡੇ ਸਾਹਮਣੇ ਆਉਂਦਾ ਵੀ ਇਹ ਫਿਰ ਕਰਿਆ ਕਿਉਂ? ਕੀ ਇਹਦੇ ਨਾਲ ਕੋਈ ਫਾਇਦਾ ਹੋਊਗਾ? ਕਰਿਆ ਇਸ ਕਰਕੇ ਹੈ ਕਿ ਪੰਜਾਬ ਨੂੰ ਆਪਦੇ ਕੰਟਰੋਲ 'ਚ ਰੱਖਣਾ ਚਾਹੁੰਦਾ ਸੈਂਟਰ। ਸਰਕਾਰ ਇੱਥੇ ਕਾਦੀਆਂ ਦੀ ਹੋਵੇ, BJP ਦੀ ਹੋਵੇ, ਕਾਂਗਰਸ ਦੀ ਹੋਵੇ, ਆਪ ਵਾਲਿਆਂ ਦੀ ਹੋਵੇ, ਵੀ ਇਹਨੂੰ ਪੰਜਾਬ ਨੂੰ ਕਿਸੇ ਤਰ੍ਹਾਂ ਆਪਦੇ ਕਬਜ਼ੇ 'ਚ ਕਰਨਾ, ਕੇਂਦਰ ਦਾ ਕਬਜ਼ਾ ਕਰਨਾ, ਕਿਸੇ ਨਾ ਕਿਸੇ ਤਰ੍ਹਾਂ ਹੌਲੀ ਹੌਲੀ ਇਹਨੂੰ ਕਰਕੇ। ਉਹ ਜਿਵੇਂ ਇੱਕ ਤੁਸੀਂ ਸੁਣੀ ਹੋਈ ਕਹਾਣੀ ਅਰੇਬੀਅਨ ਨਾਈਟਸ ਕਹਿੰਦੇ ਨੇ, ਉਹਦੇ 'ਚ ਹੈਗਾ ਉੱਠ, ਉਹ ਉੱਠ ਨਾ ਕਿਸੇ ਦੀ ਝੌਂਪੜੀ 'ਚ ਜਾਂਦਾ, ਕਹਿੰਦਾ ਮੈਨੂੰ ਮੂੰਹ ਕਰ ਲੈਂਦਾ ਅੰਦਰ, ਫਿਰ ਹੌਲੀ ਹੌਲੀ ਉਹ ਸਾਰੇ ਉੱਠ ਅੰਦਰ ਚਲਾ ਜਾਂਦਾ, ਝੌਂਪੜੀ 'ਚ ਉਹਨੂੰ ਬਾਹਰ ਕੱਢ ਦਿੰਦਾ। ਇੱਦਾਂ ਹੀ ਅਸੀਂ ਕਹਿੰਦੇ ਹਾਂ ਵੀ ਉਂਗਲ ਫੜ ਕੇ ਪੌਂਚਾ ਫੜਨਾ,
ਪੰਜਾਬੀ 'ਚ ਆਮ ਕਹਾਣ ਹੈ ਅਖਾਣ ਹੈ ਕਿ ਇਹ ਤਾਂ ਉਂਗਲ ਫੜ ਕੇ ਪੌਂਚਾ ਫੜ ਲੈਂਦਾ। ਸੋ ਸਰਕਾਰ ਉਂਗਲ ਫੜ ਕੇ ਪੌਂਚਾ ਫੜ ਰਹੀ ਹੈ। 15 ਤੋਂ 50 ਕਿਲੋਮੀਟਰ ਕਰਨ ਦਾ ਮਤਲਬ ਹੈ ਪੰਜਾਬ 'ਤੇ ਕਬਜ਼ਾ ਕਰਨਾ। ਇਹਨੂੰ ਜਿੰਨਾ ਮਰਜ਼ੀ ਕੋਈ ਇੱਧਰ ਦੀ ਗੱਲ ਦਿਖਾਈ ਜਾਵੇ ਉੱਧਰ ਦੀ, ਜੇ BSF ਨੇ ਪੰਜਾਬ ਪੁਲਿਸ ਨੂੰ ਇਹ ਕਹਿਣਾ ਤੁਸੀਂ ਇਨਵੈਸਟੀਗੇਟ ਕਰੋ, ਫਿਰ BSF ਦੀ ਲੋੜ ਕੀ ਹੈ? BSF ਕੋਲ ਇਹੀ ਜਿਹੀ ਕਿਹੜੀ ਤਾਕਤ ਹੈ ਜਿਹੜੀ ਪੰਜਾਬ ਪੁਲਿਸ ਕੋਲ ਹੈ ਨਹੀਂ? ਦੂਜੀ ਗੱਲ, BSF ਨੂੰ ਕਦੇ ਰੋਕਿਆ? ਜੇ 31 ਕਿਲੋਮੀਟਰ ਦਾ ਡਰੋਨ ਆ ਗਿਆ, ਜੇ BSF ਨੇ ਉਹਨੂੰ ਫੜਿਆ ਹੋਵੇ, ਕਦੇ ਕੋਈ ਝਗੜਾ ਪਿਆ ਕਿਸੇ ਅਦਾਲਤ 'ਚ ਪਿਆ ਹੋਵੇ, ਥਾਣੇ 'ਚ ਪਿਆ ਹੋਵੇ, ਪੁਲਿਸ ਵਾਲਿਆਂ ਦਾ ਪਿਆ ਹੋਵੇ, ਪੁਲਿਸ ਅਤੇ BSF ਦੀ ਆਪਸ ਵਿੱਚ ਕਿਤੇ ਲੜਾਈ ਹੋਈ ਹੋਵੇ, ਦੱਸ ਤਾਂ ਦੇਣਾ ਵੀ ਸਾਨੂੰ ਐਂ ਰੋਕਤਾ। ਇੱਥੇ ਤਾਂ ਹਰਿਆਣੇ ਦੀ ਪੁਲਿਸ ਆ ਕੇ ਉਰੇ ਫੜ ਲੈਂਦੀ ਹੈ, ਕਲਕੱਤੇ ਤੋਂ ਸਾਡੀ ਪੁਲਿਸ ਆ ਕੇ ਬੰਦੇ ਫੜ ਲਿਆਉਂਦੀ ਹੈ। ਇੰਨਾ ਸੌਖਾ ਕੰਮ ਨਹੀਂ ਹੈ ਜਿੰਨਾ ਇਹ ਕਹਿੰਦੇ ਨੇ, ਇਹ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਨੇ। ਸੋ ਪੰਜਾਬ ਪੁਲਿਸ ਜਦ ਵੀ ਕੋਈ ਐਂਟੀ ਨੈਸ਼ਨਲ ਬੰਦਾ, ਚਾਹੇ ਉਹ ਟੈਰਰਿਸਟ ਹੈ, ਚਾਹੇ ਉਹ ਅੱਤਵਾਦ ਨਸ਼ੇ ਵੇਚਣ ਵਾਲਾ ਹੈ, ਚਾਹੇ ਉਹ ਕੋਈ ਜਸੂਸ ਹੈ ਉਹਨਾਂ ਦਾ, ਉਹ ਜਦ ਵੀ ਆਏਗਾ, ਜਿੰਨਾ ਚਿਰ ਅਮਿਤ ਸ਼ਾਹ ਜੀ ਉਹਨੂੰ ਕੋਈ ਵਿਧੀਵਤ ਵੀਜ਼ਾ ਨਹੀਂ ਦੇ ਦੇਣਗੇ ਅਤੇ ਜਾਂ ਕੋਈ CM ਆਪਣੇ ਘਰ 'ਚ ਨਹੀਂ ਰੱਖੇਗਾ, ਅਤੇ ਉਹਨਾਂ ਚਿਰ ਉਹ ਆ ਨਹੀਂ ਸਕਦੇ। ਇੰਨਾ ਸੌਖਾ ਨਹੀਂ ਹੈ, ਉਹਨਾਂ ਚਿਰ ਪੰਜਾਬ ਪੁਲਿਸ ਨੂੰ ਕੋਪਰੇਟ ਕਰਨਾ ਪਊਗਾ। ਜੇ ਪੰਜਾਬ ਪੁਲਿਸ ਨਹੀਂ ਕੋਪਰੇਟ ਕਰਦੀ ਤਾਂ ਇੱਥੇ ਗਵਰਨਰ ਨੂੰ ਲੱਗ ਜਾਏਗਾ ਨਾਲ ਦੀ ਨਾਲ। ਮੰਨ ਲਓ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਇਹ ਫੈਸਲਾ ਕਰ ਲੈਂਦੀ ਆ ਵੀ ਅਸੀਂ ਤਾਂ ਪਾਕਿਸਤਾਨ ਦੇ ਆਉਣ ਨਾਲ ਇਹਨੂੰ ਰੋਕਣਾ ਨਹੀਂ ਹੈ, ਅਤੇ ਨਾਲ ਦੀ ਨਾਲ ਸਰਕਾਰ ਕੇਂਦਰ ਦੀ ਸਰਕਾਰ ਤੋੜ ਦੂਗੀ। ਦੇਸ਼ ਹੈ ਇਹ, ਪੰਜਾਬ ਸਰਕਾਰ ਕੋਈ ਉਹ ਨਹੀਂ ਹੈ ਵੀ ਜੋ ਮਰਜ਼ੀ ਕਰੇ। ਸੋ ਜਿੱਦਾਂ ਪੰਜਾਬ ਸਰਕਾਰ ਕੋਈ ਇਹੋ ਜਿਹਾ ਪੁੱਠਾ ਕੰਮ ਕਰੂਗੀ, ਅੱਤਵਾਦੀ ਕਾਰਵਾਈਆਂ ਨੂੰ ਸ਼ਹਿ ਦੇਵੇਗੀ। ਆ ਪਹਿਲਾਂ ਦਰਬਾਰ ਸਿੰਘ ਦੀ ਸਰਕਾਰ ਨਹੀਂ ਤੋੜੀ ਸੀ, ਕੇਂਦਰ ਨਹੀਂ ਤੋੜੀ ਸੀ, ਉਹਨਾਂ ਦੀ ਵੀ ਸਰਕਾਰ ਸੀ ਕੇਂਦਰ 'ਚ, ਬਰਨਾਲਾ ਦੀ ਸਰਕਾਰ ਨਹੀਂ ਤੋੜੀ ਸੀ, ਕਿੰਨੀਆਂ ਸਰਕਾਰਾਂ ਟੁੱਟੀਆਂ ਨੇ, ਕੋਈ ਇੱਕ ਦੀ ਗੱਲ ਹੈ। ਸੋ ਇਸ ਕਰਕੇ ਇਹ ਕਹਿਣਾ ਕਿ ਜੀ ਅਸੀਂ ਸਾਡੇ ਨਾਲ ਕੋਪਰੇਟ ਨਹੀਂ ਹੋਣਾ, ਸਾਡੇ ਨਾਲ ਸਹਾਇਤਾ ਨਹੀਂ ਮਿਲਣੀ, ਪੰਜਾਬ ਜਾਂ ਕੋਈ ਸੂਬਾ, ਉਹ ਰਾਜਸਥਾਨ ਹੋਵੇ, ਉਹ ਗੁਜਰਾਤ ਹੋਵੇ, ਅਤੇ ਉਹ ਹੁਣ UT ਬਣ ਗਿਆ, ਪਹਿਲਾਂ ਜੰਮੂ ਹੋਵੇ, ਇਹਨਾਂ ਨਾਲ ਸਰਹੱਦ ਲੱਗਦੀ ਸੀ ਨਾ ਇੱਥੇ ਸਿੱਧੀ ਹੋਈ, ਕਿ ਇਹਨਾਂ ਦੀ ਕਿਸੇ ਦੀ ਹਿੰਮਤ ਨਹੀਂ ਪੈ ਸਕਦੀ ਇਹ ਕਹਿਣ ਕਿ ਅਸੀਂ ਪਾਕਿਸਤਾਨ 'ਚੋਂ ਜਿਹੜਾ ਕੋਈ ਏਜੰਟ ਆਉਂਦਾ, ਜਾਂ ਕੋਈ ਅੱਤਵਾਦੀ ਆਉਂਦਾ, ਜਾਂ ਕੋਈ ਉੱਥੋਂ ਨਸ਼ਾ ਆਉਂਦਾ, ਜਾਂ ਉੱਥੋਂ ਕੋਈ ਹੋਰ ਕਿਸਮ ਦੇ ਬਨੌਟੀ ਨੋਟ ਆਉਂਦੇ ਨੇ, ਕਾਊਂਟਰਫੀਟ ਕਰੰਸੀ, ਵੀ ਜਾਂ ਕੋਈ ਹੋਰ ਮਾਲ ਸਮਗਲ ਹੁੰਦਾ, ਵੀ ਅਸੀਂ ਤੁਹਾਡੇ ਨਾਲ ਕੋਪਰੇਟ ਨਹੀਂ ਕਰਾਂਗੇ। ਇਹ ਪੰਜਾਬ ਸਰਕਾਰ ਦੀ ਜਾਂ ਕਿਸੇ ਸੂਬਾ ਸਰਕਾਰ ਕੋਲ ਕੋਈ ਅਧਿਕਾਰ ਹੀ ਨਹੀਂ ਹੈ। ਸੋ ਇਸ ਕਰਕੇ ਜਦ ਸਾਡੀਆਂ ਸਰਕਾਰਾਂ ਸੂਬੇ ਦੀਆਂ ਸਰਕਾਰਾਂ 'ਤੇ ਕੁਛ ਕਰ ਹੀ ਨਹੀਂ ਸਕਦੀਆਂ, ਤੁਸੀਂ ਸੂਬੇ ਨੂੰ ਕਹੋ ਵਿਆਹ ਕਰੋ, ਹੁਣ ਨਹੀਂ ਕਹਿੰਦੇ ਤੁਸੀਂ, ਤੁਸੀਂ ਹੁਕਮ ਚਾੜ ਦਿੰਦੇ ਹੋ, ਤੁਸੀਂ ਕਹਿਤਾ ਵੀ ਕਰੋਨਾ ਚਾਹੇ ਹੋਊਗਾ। ਇੱਕ ਨਿੱਕਾ ਜਿਹਾ ਕਰੋਨਾ ਬਾਰੇ ਤਾਂ ਤੁਸੀਂ ਸਾਰੀਆਂ ਸੂਬਿਆਂ ਨੂੰ ਤੰਗਤਾ ਸੀ, ਦੇਸ਼ ਬੰਦ ਕਰਤਾ ਸੀ, ਅਤੇ ਟੈਰੋਰਿਸਟਾਂ ਬਾਰੇ ਕਿਉਂ ਨਹੀਂ ਕਰ ਸਕਦੇ ਬਈ ਫਿਰ? ਸੋ ਇੱਕ ਔਖਾ ਕੰਮ ਨਹੀਂ, ਇਹ ਬਹਾਨਾ, ਇਹ ਬਹਾਨਾ ਲਾ ਕੇ ਇਹ ਹੈ ਕਿ ਪੰਜਾਬ 'ਤੇ ਕਿਸੇ ਨਾ ਕਿਸੇ ਤਰ੍ਹਾਂ ਸੈਂਟਰ ਨੇ ਸਿੱਧਾ ਕਬਜ਼ਾ ਕਰਨਾ, ਕਿਉਂਕਿ ਜੇ ਗਵਰਨਰ ਰੂਲ ਆਉਂਦੇ ਰੌਲਾ ਪਵਾਤਾ ਸੀ ਵੀ ਗਵਰਨਰ ਰੂਲ ਲੱਗੂ। ਵੀਰ ਦਵਿੰਦਰ ਸਿੰਘ ਪਿਛਲੇ 1 ਸਾਲ ਤੋਂ ਕਹਿ ਰਹੇ ਨੇ, ਪੜ੍ਹ ਕੇ ਦੇਖੋ ਉਹਨਾਂ ਨੇ, ਲੇਖ ਲਿਖੇ ਨੇ ਉਹਨਾਂ ਨੇ, ਵੀ ਇੱਥੇ ਤਾਂ ਗਵਰਨਰ ਰੂਲ ਲੱਗਜੂ। ਉਹ ਕੇਂਦਰ ਦੀ ਇੱਕ ਸਕੀਮ ਹੈ, BJP ਵਾਲੇ ਵੀ ਇਹੀ ਚਾਹੁੰਦੇ ਸੀ ਵੀ ਆ ਚੋਣਾਂ ਤੋਂ ਪਹਿਲਾਂ ਗਵਰਨਰ ਰੂਲ ਲਾ ਦਿਓ। ਹੁਣ ਜੇ ਤੁਸੀਂ ਐਡੀ ਵੱਡੀ ਆਬਾਦੀ ਦੇ ਉੱਤੇ, ਜਿਹਨੂੰ ਕੋਈ 50% ਕਹਿੰਦਾ, ਚਲੋ 50% 33% ਤਾਂ ਹੈਗਾ ਹੀ ਹੈ, ਏਰੀਆ ਆਬਾਦੀ ਜ਼ਿਆਦਾ ਹੈਗੀ ਹੈ ਇਸ ਏਰੀਏ ਦੀ, ਅਤੇ ਜੇ ਇੰਨੀ ਆਬਾਦੀ 'ਤੇ ਤੁਸੀਂ ਸੈਂਟਰ ਦੀ BSF ਲਾਤੀ, ਤੁਸੀਂ ਜਿਹੜੇ ਮਰਜ਼ੀ ਫੜ ਕੇ ਜਵਾਕ ਨੂੰ ਅੰਦਰ ਕਰ ਦੋਗੇ, ਵੀ ਇਹਦਾ ਜੀ ਇਹਦਾ ਤਾਂ ਪਾਸਪੋਰਟ 'ਚ ਕੋਈ ਗੜਬੜ ਹੈ, ਇਹਦੇ ਤਾਂ ਜੀ ਨਸ਼ੇ ਫੜਿਆ ਗਿਆ, ਇਹ ਨਸ਼ਾ ਪਾਕਿਸਤਾਨ 'ਚੋਂ ਆਇਆ। ਹੁਣ ਨਸ਼ੇ ਦੇ ਉੱਤੇ ਲਿਖਿਆ ਹੁੰਦਾ ਵੀ ਪਾਕਿਸਤਾਨ 'ਚੋਂ ਆਇਆ, ਦੱਸੇ ਮੈਨੂੰ ਕੋਈ ਹੈਰੋਇਨ ਫੜਦੀ ਕਿਸੇ ਤੋਂ? ਹੁਣ ਜਿਹਨੂੰ ਮਰਜ਼ੀ ਅੰਦਰ ਕਰ ਦਿਓ ਜੀ, ਪਾਕਿਸਤਾਨ ਦਾ ਏਜੰਟ ਹੈ। ਸੋ ਤੁਸੀਂ BSF ਨੂੰ ਉਹ ਪਾਵਰਾਂ ਦਿੱਤੀਆਂ, ਇਹ ਪਤਾ ਵੀ ਨਸ਼ੇ ਜ਼ਿਆਦਾ ਹੋ ਰਹੇ ਨੇ ਪੰਜਾਬ 'ਚ, ਉਹ ਹੈਰੋਇਨ ਵੀ ਆ ਉਹਨਾਂ 'ਚ, ਅਤੇ ਉਹ ਹੈਰੋਇਨ ਕਿਸੇ ਤੋਂ ਫੜੋਗੇ, ਉਹਨੂੰ ਤੁਸੀਂ UAPA ਦੇ ਅੰਡਰ ਜਾਂ ਕੋਈ ਹੋਰ ਐਕਟ ਕਹੋਗੇ, ਇਹ ਲਾ ਕੇ ਪੰਜਾਬ ਪੁਲਿਸ ਨੂੰ ਕਹੋਗੇ ਇਹਦੇ ਅੰਦਰ ਕਰੋ ਇਹਨੂੰ ਅੰਦਰ। ਗਰਗ ਸਾਹਿਬ, ਇਹ ਚਾਹੇ ਕਾਊਂਟਰਫਿਟ ਕਰੰਸੀ ਦੀ ਗੱਲ ਕਰੀਏ, ਨਸ਼ਿਆਂ ਦੀ ਗੱਲ ਕਰੀਏ, ਡਰੱਗਸ ਦੀ, ਹੈ ਨਾ, ਚਾਹੇ ਆਪਾਂ ਟੈਰੋਰਿਜ਼ਮ ਦੀ ਗੱਲ ਕਰੀਏ, ਵੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਇੱਕ ਟਾਈਮ NIA ਬਣਾਈ ਸੀਗੀ, ਅਤੇ ਉਹ 'ਚ ਵੀ UAPA ਦੇ ਜਿਹੜੇ ਸੀਗੇ ਸਫਰਿੰਗ ਕਰਨ ਵਾਲੇ ਬੰਦੇ ਜ਼ਿਆਦਾ ਸੀ, ਅਤੇ ਉਹ ਸਾਰੇ ਸੀਗੇ ਵੀ ਵਿਚਾਰੇ ਨਿਰਦੋਸ਼, ਅਤੇ ਉੱਪਰੋਂ ਰੂਲ ਇੰਨੇ ਸਖਤ ਹੈਗੇ ਨੇ ਵੀ ਕਿੰਨੇ ਸਾਲ ਸੁਣਵਾਈ ਨਹੀਂ ਹੁੰਦੀ, ਜਾਂ ਉਹ ਗਰੀਬ ਲੋਕ ਨੇ ਨਹੀਂ ਕਰ ਸਕਦੇ। ਕੀ ਹੁਣ ਲੋਕ ਇਸੇ ਪਾਸੇ ਡਰੇ ਹੋਏ ਨੇ ਜੀ ਕਿ BSF ਦਾ ਅਧਿਕਾਰ ਸ਼ਿਖਤਰ ਵਧਾਉਣ ਨਾਲ ਉਹ ਸਾਰਾ ਕੁਛ ਹੁਣ ਇਸੇ ਕਾਊਂਟਰ ਦੇ ਵਿੱਚ ਲੈਂਦਾ ਜਾਊਗਾ? ਬਿਲਕੁਲ ਇਸੇ ਕਰਕੇ ਡਰੇ ਹੋਏ ਨੇ ਆਪਾਂ, ਉਹ ਭੀਮਾ ਕੋਲੇ ਗਾਉਣ ਵਾਲੇ ਲੋਕ ਦੇਖਦੇ ਨਹੀਂ, ਭੀਮਾ ਕੋਲੇ ਗਾਉਣ ਵਾਲਿਆਂ ਦਾ ਫਿਰ ਅੱਜ ਕੱਲ੍ਹ ਆ ਲੈਪਟਾਪ 'ਤੇ ਹੈ, ਤੁਸੀਂ ਜਿਹੜਾ ਮਰਜ਼ੀ ਇਹਦੇ 'ਚ, ਤੁਸੀਂ ਬਿਨਾਂ ਮੇਰੇ ਪਤਾ ਹੋਏ ਮੇਰੇ ਲੈਪਟਾਪ 'ਚ ਕੁਛ ਵੀ ਇੰਟਰੋਡਿਊਸ ਕਰ ਦਿਓ, ਤੁਸੀਂ ਚਿੱਠੀ ਪਾ ਦਿਓ ਇਹਦੇ ਵਿੱਚ ਲਿਖ ਕੇ ਵੀ ਪਿਆਰਲਾਲ ਗਰਗ ਤਾਂ ਪਾਕਿਸਤਾਨ ਦੀ ISI ਦਾ ਏਜੰਟ ਬਣਿਆ ਹੋਇਆ, ਅਤੇ ISI ਦੇ ਕੁਛ ਆਪਦੇ ਵੱਲੋਂ ਲਿਖ ਦੇਣਾ ਵੀ ਆਹ ਕਰਦਾ, ਵੀ ਚੰਗਾ ਭਾਈ ਪਿਆਰਲਾਲ ਗਰਗ ਤੇਰੇ ਕੋਲ ਅਸੀਂ ਆਵਾਂਗੇ, ਹੈਂ ਤੈਨੂੰ ਐਂ ਕਰਾਂ, ਉਹ ਜੋ ਮਰਜ਼ੀ ਪਾ ਦਿਓ, ਫਿਰ ਕਹੋ ਵੀ ਇਹਦਾ ਤਾਂ ਰਲਿਆ ਹੋਇਆ। ਉਹਨਾਂ ਨਾਲ ਭੀਮਾ ਕੋਰੇ ਗਾਉਂ ਤਾਂ ਫੜੇ ਗਏ ਉਸ ਦਾ ਭਾਰਦਵਾਜ ਦੇ ਟੈਪ ਲੈਪਟਾਪ ਦੇ ਵਿੱਚ। ਸੋ ਇਹ ਸਾਰੀਆਂ ਤੋੜ ਭੰਨ ਦੀਆਂ ਕਾਰਵਾਈਆਂ ਜਾਂ ਸਟੇਟ ਖੁਦ ਕਰਨ 'ਤੇ ਆ ਜੇ,
मैं कहना कोई बंदा सच्ची मुची देश नूं नुकसान करदा है उहदे उत्ते कई वारी थोतो कानून उन्नी सख्ती नाल कानून दा तुसीं नहीं दिखा सकदे भी असीं बिल्कुल कानून दे तरीके नाल इहदे इहनूं फड़िया है जां अंदर करिया। पर तुसीं हरेक शहरी नूं इदां करा हुण तां सुप्रीम कोर्ट ने कहता भी तुसीं पैगा सिस्टम राहीं हरेक शहरी दे उत्ते नज़र रखन लग गए। कोई टैरोरिस्ट है कोई एंटी एक्टिविटी करदा है उहदे उत्ते माड़ी मोटी उहदी जे डेमोक्रेसी कर्ब होई आ किते कई वारी असीं नहीं नोटिस लैंदे भी चल यार ये बड़ा हो जिवें कोई बदमाश रोज़ ही लोगों को गालां कढ़दा होवे हैं कोई वो ज़्यादा सट्ट मार दे बंदे कहिंदे यार रोज़ लोगों तंग करता भी मारती तो मारती पर जे हरेक दे मारन लग जाओ फिर तो लोग कहणगे। सो इस करके जिहड़ी भारत सरकार है अज वह इन्नी ज़्यादा डरी हुई है अपने आप तो अपने लोगों तो जिदे जिस घर जिस मियाँ बीवी आपस में सफाई करनी पवे एक दूजे पर विश्वास ना हो बच्चों एक दूजे पर विश्वास ना हो माँ बाप में विश्वास ना हो घर चलू किवें। जे साडे देश दे हुकमरान प्रधानमंत्री जी मानयोग गृहमंत्री जी उन्होंने विश्वास ही नहीं भी भारत के 140 करोड़ लोग भारती ने वो देश के दे हक च ने उन्होंने पता कि देश की प्रभु सतरहू ता ही असं रहेंगे। उन्होंने कुछ माड़े लोग हो सकते हैं कुछ एजेंट हो सकते हैं वो एजेंटा फड़न ना के ये तो इन्होंने की करता ये कहेंडे कणक चो कारनगारी क्ढन की बजाय कणक ही फड़ लो वड्डी समस्या इस गल की है। तुसी दोषी फड़ना हुंदा है दोषी नूं फड़दे फड़दे एक जोक आउंदा है मैं वो अपनी गल कह के खत्म करांगा वो किसी बंदे ने तलवार फड़ी हुई सी ना मक्खी भी मक्खियां ना बैठन एक मक्खी बह गई वो हिले ना फिर मुड़ के आके बह जाओ तलवार चुकी मारी वो छाती बढ़ती है अगले की यह जहाँ करते हैं। तुसीं मक्खी फड़न वास्ते तुहानूं लाया सी ना कि वो बंदे नूं मारन वास्ते तुसीं हरेक बंदे नूं मारी जांदे हो जिद्दे देश बाकी अगली गल मैं कहना जे सारा देश बदमाश हो गया मन लो सारा देश एंटी नैशनल हो गया फिर मोदी साहब बचा लेंगे उन्हों फिर गृहमंत्री जी बचा लेंगे उन्होंने फिर उन्होंने कानून बचा लेगा। ये देश 140 करोड़ जनता बचा रही है वो जाके दस दिए कि जी उत्थे हो गया आ चोरी होगी अच्छा एक्सीडेंट हो जाता लोग आपे चुके ले जाते मरीज वो भी तो देश में बचा देश की ड्यूटी हो तो सरकार की ड्यूटी है चुके ले जाए लोग किन्ने ने मैं रोज़ देखता एक्सीडेंट होंगे सर को हस्पतालों चाहते आम लोग चुके ले होंगे कौन कहना भी पुलिस जरूर लिया एक्सीडेंट हो गया कहते यार इलाज कराओ। सो इस करके देश जिहड़ा साडा है मैं कहांगा साडे देश देशभक्ति सब तो ज़्यादा है चाहे वह हिंदू है चाहे सिख है चाहे मुसलमान है चाहे ईसाई है पर यह जी सरकार है ये लोगों क्योंकि आपसी वंड के राजी है एक दूजे उच्चा नीचा करके राजी है ये दलित ने हिंदू ने मुसलमान ने शड्यूल कास्ट ने नॉन शड्यूल कास्ट ने शड्यूल ट्राइब ने ये सिख ने ये हिंदू ने गांह ये हिंदुआ जैनी ने बोधी ने फिर गांह हिंदुआ दे विच ये उच्चे हिंदू ने थले ने ब्राह्मण ने खत्री ने बाणीए ने ये सारा कुछ पा के वंडियां पा के लोगों नूं ये वंडियां कदे खत्म नहीं होनियां जी। इन्हां वंडियां दे नाल मैं आपकी आखिरी गल कह के खत्म कर रहा वो ये कि जिहड़ियां पहलियां सरकारां सी दित्ता उन्होंने भी कुछ नहीं जी। पर उन्होंने देश बेचिया नहीं सी जी। ये सरकार ने भी कुछ नहीं दिता बेरोजगारी इन्हें नहीं दूर करी इन्हें एक तो देश बेचता दूजा पर जे व्यक्तिगत तौर पर देखना हो तीन सुकून मेरे कभी किसी ने नहीं खोए किसी सरकार ने जिन्नी मर्जी माड़ी आ गई चाहे वह वाजपेयी साहब की सरकार सी चाहे वह कांग्रेस की सरकार सी चाहे वह UPA सी चाहे वह जनता सरकार सी 78 वाली वो की सीगे। मैं तुरया जा रहा रात को मैनू तुसी दिख जाने हो मैं कहना यार वो बंदा जांदा उहदे नाल रल जाओ कल्ले दी वजह दो हो जाएंगे। हुण मैं पहला सोचदा कि कितें मुसलमान तां नहीं यार मैं तो हिंदू हाँ कितें इहदे कोल कोई तरशूली ना हो मैनू मारी ओ इहदे कोई छुराई ना हो मैनू मारी ना दे तुसी सोचोगे इहदे कोल तरशूली ना हो मारी ना दे ठीक हो गया वो जेड़ा मेरा एक विश्वास से मनुखता से भी भज के वो नाल रल जाओ हूँ मैं समा तो दूर जाना ये विश्वास खत्म करता दिता तो मैं दूजा मैं विश्वास ये भी मेरे को जेड़े चार पैसे है यार कदे कोई दुख तकलीफ आ गई बीमारी हो गई कोई लोड़ पैगी किसी दोस्त मित्र रिश्तेदार लोड़ पैगी मैं वरत लूँगा फटाफट हूँ बैंक फेल कर लगे नोट ही बंद कर लगे हूँ विश्वास ही नहीं भी तुहाडा अपना पैसा जे तुहाडा कोई मर गया उन्हूं कफन वास्ते भी पैसा उत्थों तुसीं बैंक चों कढ़ा सकोगे वो विश्वास भी खत्म करता भी तुहाडे पैसे दा की पता कदों एक्सिस बैंक फेल नहीं होया उदू बाद भी सो यह भी विश्वास खत्म हो गया आ रोज़ आ जाता 2000 का नोट बंद हो रहा नोट बंद हो रहा सच्ची मुची जब मैं बैंक चों अपनी पेंशन कढ़ाउणा मेरी बीवी कहिंदे 2000 दे नोट ना मंगायो नाले सर मैं जिहड़ी गल खत्म कर रहा आपकी तीजी गल मेरा यह विश्वास भी चलो जो मर्जी है यार ये देश मेरा है मैनू कोई कढ़ नहीं सकता हुण करता परसों चौथे नोटिफिकेशन कुछ दिन पहला भी थोड़ा बर्थ सर्टिफिकेट जरूरी है मेरे को तो बर्थ सर्टिफिकेट है ही नहीं मेरा बर्थ रजिस्टरी नहीं होया क्योंकि तो हले पे जब मेरा जन्म होया उस तो बर्थ रजिस्टरी नहीं होए हूँ दसो मैं बर्थ सर्टिफिकेट कितों लियाऊंगा ना मेरे बाप का बर्थ सर्टिफिकेट मेरे को ना दादे का ना मेरा मैं कितों लियाऊंगा बर्थ सर्टिफिकेट मैं किमें साबित करूँगा कि मैं भारत का शहरी हाँ नागरिक हाँ
दूजा ये कहते सी एन आर सी देता भी जो बाहरों आया वो हिंदू है उन्होंने सी ना, पर मैं तो बाहरों आया ही नहीं, मैं किमें सबूत करूँ मैं बाहरों आया पाकिस्तान चो आया ना, तो मैं पाकिस्तान चो आया ना, मैं बंगलादेश चो आया ना, मैं अफगानिस्तान चो आया तो ना मेरे को बर्थ सर्टिफिकेट है, मैं कि शहरी होया, मतलब मैं आपदे देश च बगाना हो गया। जब बंदा आपदे देश च बगाना हो जाए तो फिर वो बगानापन पैदा क्यों नहीं हो। सो साडी सरकार है जिहड़ी है ये लोगों च बगाना पैदा पन आपदे कानूनों राही भी कर रही है, आपदियां कार्रवाइयां राही भी कर रही है, और लोगों नूं वंड के भी बगाना पन पैदा कर रही है। इस करके देश नूं तोड़न दीआं गल्लां ने, जोड़न दीआं ने। ਗਰਗ ਸਾਹਿਬ, ਇਹਦੇ ਨਾਲ ਹੀ ਜੁੜਿਆ ਇੱਕ ਹੋਰ ਸਵਾਲ ਹੈਗਾ, ਆਪਾਂ ਗੱਲ ਕਰ ਰਹੇ ਸੀਗੇ ਸਟੇਟ ਦੇ ਅਧਿਕਾਰ ਖੋਣ ਦੀ, ਹੁਣ ਜੇ ਆਪਾਂ ਗੱਲ ਕਰੀਏ ਜੀ ਤਾਂ ਜਿਹੜੇ ਕਿਸਾਨੀ ਕਾਨੂੰਨ ਬਣਾਏ ਹੈਗੇ ਨੇ ਉਹ 'ਚ ਮੰਡੀਆਂ ਬਣਾਉਣ ਦੀ ਗੱਲ ਹੈ, ਤਾਂ 1800 ਕਰੋੜ ਰੁਪਏ ਦੀ ਜਿਹੜੀ ਸਾਲਾਨਾ ਆਮਦਨ ਹੈਗੀ ਹੈ ਪੰਜਾਬ ਮੰਡੀਕਰਨ ਬੋਰਡ ਨੂੰ, ਉਹ ਵੀ ਇੱਕ ਤਰ੍ਹਾਂ ਦੀ ਖੋਈ ਜਾ ਰਹੀ ਸੀ, ਅਤੇ ਖੇਤੀ ਨੂੰ ਇਹਨਾਂ ਨੇ ਇੱਕ ਵਪਾਰ ਬਣਾ ਕੇ ਪੇਸ਼ ਕਰਤਾ ਬਿੱਲਾਂ ਦੇ ਵਿੱਚ, ਉਹ ਵੀ ਅਧਿਕਾਰ ਖੋਣ ਦੀ ਗੱਲ ਸੀ, GST ਦੀ ਗੱਲ ਕਰਦੇ ਹਾਂ ਜੀ ਆਪਾਂ, ਉਹ ਵੀ ਇਹਦੇ ਪਿੱਛੇ ਚੱਲ ਰਹੀ ਸੀਗੀ। ਸੋ ਕਿਵੇਂ ਦੇਖ ਰਹੇ ਹੋ ਵੀ ਤੁਸੀਂ ਵੀ ਆਉਣ ਵਾਲਾ ਸਮਾਂ ਇਹ? ਬਿਲਕੁਲ ਠੀਕ ਹੈ, ਤੁਸੀਂ ਤੁਹਾਡਾ ਮੈਂ ਸਵਾਲ ਵਿਚਾਰੇ ਕੱਟਤਾ, ਸੋਰੀ। ਅਤੇ ਆਉਣ ਵਾਲਾ ਸਮਾਂ ਬੜਾ ਗੰਭੀਰ ਹੈ। ਉਹ ਗੰਭੀਰ ਕਿਵੇਂ ਹੈ? ਗੰਭੀਰ ਇਹ ਹੈ ਵੀ ਇਹ ਮੁਲਕ ਜਿਹੜਾ ਹੈ ਭਾ ਇਹ ਸਾਡੇ ਸੰਵਿਧਾਨ 'ਚ ਲਿਖਿਆ ਹੈ ਭਾ ਇੰਡੀਆ ਦੈਟ ਇਜ਼ ਭਾਰਤ ਇਜ਼ ਏ ਯੂਨੀਅਨ ਆਫ ਸਟੇਟਸ। ਇਹ ਸਟੇਟਾਂ ਨੇ ਮਿਲ ਕੇ ਭਾਰਤ ਬਣਾਇਆ, ਨਾ ਕਿ ਭਾਰਤ ਨੇ ਸਟੇਟਾਂ ਬਣਾਈਆਂ ਨੇ, ਇਹ ਫਰਕ ਪਸੰਦ ਜੀ। ਇਹ ਸਟੇਟਾਂ ਦੇ ਅਧਿਕਾਰ ਖੋਹੀ ਜਾ ਰਹੇ ਨੇ, ਅੱਜ ਵੀ ਤੁਸੀਂ ਕਿਹਾ GST ਇਹਨਾਂ ਨੇ ਖੋਲ੍ਹਿਆ, ਸਰਫੇਸ ਟਰਾਂਸਪੋਰਟ ਐਕਟ ਇਹਨਾਂ ਨੇ ਬਣਾਤਾ, ਇਹ ਪੰਚਾਇਤ ਐਕਟ ਇਹਨਾਂ ਨੇ ਬਣਾਤਾ, ਫਿਰ ਰੁਜ਼ਗਾਰ ਐਕਟ ਇਹਨਾਂ ਨੇ ਬਣਾਇਆ, ਫਿਰ ਇਹਨਾਂ ਨੇ ਜਿਹੜਾ ਹੈਗਾ ਆਪਣਾ ਜੰਗਲਾਂ ਦੇ ਉੱਤੇ ਐਕਟ ਇਹਨਾਂ ਨੇ ਬਣਾਤਾ, ਖੇਤੀ ਦਾ ਇਹਨਾਂ ਨੇ ਬਣਾਤਾ, ਐਜੂਕੇਸ਼ਨ ਪਾਲਿਸੀ ਇਹਨਾਂ ਨੇ ਬਣਾਤੀ, ਹੈਲਥ ਪਾਲਿਸੀ ਇਹਨਾਂ ਨੇ ਬਣਾਤੀ, ਕੋਈ ਚੀਜ਼ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਹੈ ਹੀ ਪਿੰਡਾਂ ਦੀਆਂ ਪੰਚਾਇਤਾਂ ਤੱਕ ਉਹਨਾਂ ਨੂੰ ਇਹਨਾਂ ਨੇ ਬਣਾ ਲਿਆ। ਸੋ ਇਹ ਸਾਰਾ ਕੇਂਦਰ ਆਪਦੇ ਕੋਲ ਲਈ ਜਾ ਰਿਹਾ, UAPA ਰਾਹੀਂ ਆ 50 ਕਿਲੋਮੀਟਰ ਦੇ ਰਾਹੀਂ, ਇਹ ਵੀ ਸਾਡਾ ਲਾਅ ਐਂਡ ਆਰਡਰ ਦਾ ਅਧਿਕਾਰ ਇਹ ਖੋਹੀ ਜਾ ਰਹੇ ਨੇ। ਤਾਂ ਇਸ ਤਰ੍ਹਾਂ ਇਹ ਮੁਲਕ ਨਹੀਂ ਛੱਡਣਾ, ਇਹ ਜਿਹੜੇ ਸਾਰੇ ਹੱਕ ਖੋਏ ਜਾ ਰਹੇ ਨੇ, ਅੱਜ ਸਾਡੀਆਂ ਪਾਰਟੀਆਂ ਦਾ ਪੰਜਾਬ ਦੀਆਂ ਦਾ ਦੁਖਾਂਤ ਹੀ ਇਹ ਹੈ, ਇਹ ਨਾ ਤਾਂ ਮੁੱਦਿਆਂ ਦੀ ਗੱਲ ਕਰਦੀਆਂ ਨੇ, ਨਾ ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਦੀ ਗੱਲ ਕਰਦੀਆਂ ਨੇ, ਵੀ ਜਿਹੜੇ ਸੰਵਿਧਾਨ 'ਚ ਸਾਨੂੰ ਹੱਕ ਮਿਲੇ ਹੋਏ ਨੇ, ਉਹ ਹੱਕ ਜਿਹੜੇ ਐਡੀ ਵੱਡੀ ਸੰਵਿਧਾਨ ਘੜਨੀ ਸਭਾ ਸੀ, ਐਡੇ ਵੱਡੇ ਵਿਦਵਾਨ ਸੀ, ਔਰ ਉਹਨਾਂ 'ਚੋਂ ਬਹੁਤੇ ਉਹ ਸੀ ਜਿਨ੍ਹਾਂ ਨੇ ਆਜ਼ਾਦੀ 'ਚ ਜੇਲ੍ਹਾਂ ਕੱਟੀਆਂ ਸੀ, ਉਹਨਾਂ ਨੇ ਸੋਚ ਕੇ ਸੰਵਿਧਾਨ ਬਣਾਇਆ, ਜਿਨ੍ਹਾਂ ਨੇ ਕਦੇ ਇੱਕ ਦਿਨ ਦੀ ਜੇਲ੍ਹ ਨਹੀਂ ਕੱਟੀ ਇਹ ਕਹਿੰਦੇ ਉਹ ਗਲਤ ਬਣਾਇਆ, ਹੱਦ ਹੈ ਤਾਂ ਯਾਰ। ਸੋ ਇਸ ਕਰਕੇ ਜਿੰਨਾ ਚਿਰ ਉਹ ਸੰਵਿਧਾਨ ਦੇ ਮੁਤਾਬਕ ਦੇਸ਼ ਨੂੰ ਨਹੀਂ ਚਲਾਓਗੇ, ਇਹ ਦੇਸ਼ ਨੇ ਚੱਲਣਾ ਨਹੀਂ, ਨਾ ਤਾਂ ਦੇਸ਼ ਨੇ ਇਕੱਠੇ ਰਹਿਣਾ, ਇਹ ਦੇਸ਼ ਦੇ ਟੁੱਟੇ ਵੀ ਹੋ ਸਕਦੇ ਨੇ, ਕਿਉਂਕਿ ਤੁਸੀਂ ਕਾਰਵਾਈਆਂ ਇਹੋ ਜਿਹੀਆਂ ਕਰਦੇ ਨੇ, ਜਦ ਤੁਸੀਂ ਕਿਸੇ ਨੂੰ ਆਦਤ ਕਹਿੰਦੇ ਧਾਈਂ ਦਾ ਤਾਂ ਲੋਹਾ ਵੀ ਢਾ ਜਾਂਦਾ। ਤੁਸੀਂ ਕਿਸੇ ਬੰਦੇ ਨੂੰ ਇਸ ਤਰੀਕੇ ਤੱਕ ਤੰਗ ਕਰੀ ਜਾਓਗੇ, ਤੰਗ ਕਰੀ ਜਾਓਗੇ, ਉਹ ਜ਼ਹਿਰ ਨਿਕਲ ਲੈਂਦਾ ਅੱਕ ਕੇ, ਵੀ ਚੱਲ ਯਾਰ ਠੀਕ ਹੈ ਬਈ, ਹੁਣ ਜੇ ਇਹੀ ਹੈ ਤਾਂ ਠੀਕ ਹੈ, ਖੁਦਕੁਸ਼ੀ ਕਰ ਲੈਂਦਾ। ਤੁਸੀਂ ਖੁਦਕੁਸ਼ੀ ਵੱਲ ਨੂੰ ਵਧਾ ਰਹੇ ਹੋ, ਤੁਸੀਂ ਖਾਨਾ ਜੰਗੀ ਵੱਲ ਨੂੰ ਵਧਾ ਰਹੇ ਹੋ ਦੇਸ਼ ਨੂੰ, ਇਸ ਵਾਸਤੇ ਨਾ ਵਧਾਓ। ਇਹ ਦੇਸ਼ ਦੇ ਲੋਕ ਦੇਸ਼ ਭਗਤ ਨੇ, ਇਤਿਹਾਸਕ ਤੌਰ 'ਤੇ ਜਿੱਤਦੇ ਆਏ ਨੇ, ਇਹਨਾਂ ਨੇ ਕਦੀ ਇੱਦਾਂ ਨਹੀਂ ਕਰਿਆ। ਠੀਕ ਹੈ, ਬਾਹਰਲਿਆਂ ਨੇ ਹਮਲੇ ਵੀ ਕਰੇ ਨੇ ਸਾਡੇ 'ਤੇ, ਅਸੀਂ ਹਾਰੇ ਵੀ ਹਾਂ, ਅਤੇ ਜੇ ਦੋ ਮੱਢ ਘੁੰਡਣਗੇ ਇੱਕ ਜਿੱਤੂਗਾ ਇੱਕ ਹਾਰੂਗਾ, ਕਦੇ ਅਸੀਂ ਹਾਰਾਂਗੇ ਕਦੇ ਜਿੱਤਾਂਗੇ, ਪਰ ਅਸੀਂ ਦੇਸ਼ ਵਿਰੋਧੀ ਐਜ਼ ਏ ਨੇਸ਼ਨ ਨਹੀਂ ਹੋਏ, ਵਿਅਕਤੀ ਹੋਏ ਨੇ। ਆ ਜੈਚੰਦ ਦੀ ਹੁਣੀ ਉਦਾਹਰਨ ਦੇ ਕਿਸੇ ਨੇ, ਆਪਾਂ ਨੂੰ ਪਤਾ ਹੀ ਹੈ ਜੈਚੰਦ ਕੌਣ ਸੀ, ਠੀਕ ਹੈ ਨਾ, ਅਤੇ ਆਪਾਂ ਨੂੰ ਪਤਾ ਹੀ ਹੈ ਚੰਨਣ ਸਿੰਘ ਕੌਣ ਸੀ, ਆਪਾਂ ਨੂੰ ਪਤਾ ਹੀ ਹੈ। ਸੋ ਇਸ ਕਰਕੇ ਇਹ ਜਦ ਗੱਲ ਮੰਨਣੀ ਜਿਹੜੀ ਹੈ, ਉਹ ਤਾਂ ਜਿਹੜੇ ਇੱਥੇ ਦੇ ਹੁਕਮਰਾਨ ਰਹੇ ਸੀ ਰਾਜੇ, ਉਹ ਵੀ ਅੰਗਰੇਜ਼ਾਂ ਨਾਲ ਰਲੇ ਹੋਏ ਸੀ, ਇਹ BJP ਵਾਲੇ ਵੀ ਸਾਰੇ ਅੰਗਰੇਜ਼ਾਂ ਨਾਲ ਹੀ ਰਲੇ ਹੋਏ ਸੀ, ਇਹਨਾਂ 'ਤੇ ਲਿਖ ਕੇ ਦਿੱਤਾ ਵੀ ਅਸੀਂ ਨਾਲ ਰਲੇ ਹੋਏ ਹਾਂ। ਸੋ ਇਹ ਵਿਅਕਤੀ ਤਾਂ ਹੋ ਸਕਦੇ ਨੇ ਮਾੜੇ, ਪਰ ਦੇਸ਼ ਨਹੀਂ ਮਾੜਾ, ਆਮ ਜਨਤਾ ਨਹੀਂ ਹੈ ਮਾੜੀ, ਉਹ ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਇਸਾਈ ਹੈ, ਉਹ ਦੇਸ਼ ਨੂੰ ਪਿਆਰ ਕਰਦੇ ਨੇ, ਦੇਸ਼ ਨੂੰ ਉਹੀ ਬਚਾਉਣਗੇ। ਜਿੱਦਾਂ ਵੀ ਕੋਈ ਦੇਸ਼ ਬਚਦਾ, ਉਹਦੇ ਜਿਹੜੇ ਲੋਕ ਨੇ ਹਿੰਮਤ ਵਾਲੇ, ਆਪਦੇ ਦੇਸ਼ ਨੂੰ ਪਿਆਰ ਕਰਨ ਵਾਲੇ, ਆਪਦੇ ਦੇਸ਼ 'ਤੇ ਜਾਨ ਕੁਰਬਾਨ ਕਰਨ ਵਾਲੇ, ਉਹ ਦੇਸ਼ ਬਚਾਉਂਦੇ ਨੇ। ਜਿਹੜੇ ਗੀਧੀ ਹੁੰਦੇ ਨੇ, ਪੈਸਾ ਇਕੱਠਾ ਕਰਨ ਵਾਲੇ, ਦੂਜਿਆਂ ਨੂੰ ਲੜਾਉਣ ਵਾਲੇ, ਜ਼ਾਲਮ, ਉਹ ਕਦੇ ਦੇਸ਼ ਨਹੀਂ ਬਚਾਇਆ। ਇੱਥੇ ਕੰਸ ਵੀ ਗਏ ਨੇ, ਇੱਥੇ ਹਰਨਾਕਸ਼ ਵੀ ਗਏ ਨੇ, ਇੱਥੇ ਕੌਰੂ ਪਾਤਸ਼ਾਹ ਵੀ ਗਏ ਨੇ, ਇੱਥੇ ਔਰੰਗਜ਼ੇਬ ਵਰਗੇ ਵੀ ਗਏ ਨੇ, ਇੱਥੇ ਇਹ ਵੀ ਜਾਣਗੇ। ਸਰ, ਇਹ ਜਿਹੜਾ ਮੁੱਦਾ ਹੈਗਾ ਜੀ BSF ਵਾਲਾ, ਇਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਇੱਕੋ ਗੱਲ ਕੀਤੀ ਹੈਗੀ ਹੈ, ਪਰੰਤੂ ਅਸੀਂ ਦੇਖ ਰਹੇ ਕਿ ਕੈਪਟਨ ਅਮਰਿੰਦਰ ਦੇ ਖਿਲਾਫ ਚਲੇ ਗਏ, ਉਹ ਕਹਿੰਦੇ ਜੀ ਇਹਦੇ ਵਿੱਚ ਮੈਨੂੰ ਤਾਂ ਕੋਈ ਬੁਰਾਈ ਨਹੀਂ ਲੱਗ ਰਹੀ, ਅਤੇ ਡਰੋਨਾਂ ਦੀ ਗੱਲ ਵੀ ਉਹੀ ਕਰ ਰਹੇ ਨੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਦਾ ਤਾਂ ਹਮੇਸ਼ਾ ਤੋਂ ਬਾਬਾ ਆਦਮ ਨਿਰਾਲਾ ਹੈ, ਉਹ ਜਦ ਕਾਂਗਰਸ ਦੇ CMC ਉਦੋਂ ਵੀ ਇਹੀ ਗੱਲ ਕਰ ਰਹੇ ਸੀ, ਕੋਈ ਅੱਜ ਦੀ ਗੱਲ ਨਹੀਂ ਕਰ ਰਹੇ, ਅਸਲ 'ਚ ਅਸੀਂ ਕੀ ਹੁਣ ਉਹ ਜ਼ਿਆਦਾ ਖੁੱਲ੍ਹ ਕੇ ਬੋਲਣ ਲੱਗੇ, ਉਹਨਾਂ ਨੇ ਉਦੋਂ ਵੀ ਡਰੋਨ ਕਿਹਾ। ਆ ਤਰਨ ਤਾਰਨ ਦੇ ਵਿੱਚ ਇੱਕ ਹਮਲਾ ਹੋਇਆ ਸੀ ਧਰਮ ਕੱਠ 'ਚ, ਕਹਿੰਦੇ ਜੀ ਉੱਥੇ ਮੋਡਿਊਲ ਆ ਗਏ, ਉਹ ਮੋਡਿਊਲ ਮੁੜ ਕੇ ਤਾਂ ਲੱਭੇ ਨਹੀਂ। ਫਿਰ ਇਹਨਾਂ ਨੇ ਕਿਹਾ ਜੀ ਟਿਫਨ ਬੰਬ, ਉਦੋਂ CMC ਜਾਂ ਟਿਫਨ ਬੰਬ ਦੀ ਗੱਲ, ਡਰੋਨ ਦੀ ਗੱਲ ਕਰੀ ਹੈ। ਜਦ ਇਹਨਾਂ ਨੇ ਕਿਹਾ ਵੀ ਇੱਥੇ ਤਾਂ ਮੋਡਿਊਲ ਆ ਗਏ, ਇਹ ਉਦੋਂ CMC ਗਏ, ਇਹ ਉਦੋਂ CMC ਜਦ ਇਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨਾਲ ਜਿਹੜੇ ਟੋਲ ਪਲਾਜ਼ੇ ਘਿਰੇ ਹੋਏ ਨੇ, ਵਿਕਾਸ ਰੁਕ ਰਿਹਾ, ਇਹ ਐਜ਼ ਏ CM ਕਿਹਾ ਇਹਨਾਂ ਨੇ। ਸੋ ਜਦ ਉਹ ਜੀਪ ਨਾਲ ਬੰਨ੍ਹਿਆ ਸੀ ਇੱਕ ਔਰਤ ਨੂੰ,
वह ज कश्मीर च इन्होंने कहा कि सब कुछ ठीक है, इन्हें तो यह कहता सी, इन्हें साड़ी फौज की बेइज्जती करी सी किस्म की, कहिंदे फौजां तों तां कुछ हुंदा नहीं, मैनूं हुक्म देवे ना चौहान असी घुस के, मैं आपकी पुलिस ना घुस के पाकिस्तान नूं हराया हूँ। इन्हां नूं पुछो भी जे तुहानूं भारत सरकार अलाउ ना करे तुसीं पाकिस्तान जा नहीं सकते, आ ममता बैनर्जी नूं अलाउ नहीं करिया सी किसे सम्मेलन जाण वास्ते अंतरराष्ट्रीय। सो जिहड़ा भारत सरकार दा अधिकार है, साडियां फौजां बथेरियां तकड़ियां ने, साडी आर्मी, साडी नेवी, साडी इनफेंट्री, साडी इह मिलटरी इंटैलीजेंस ऑल सैड एंड डन, साडी सियासत भी इन्नी कमज़ोर नहीं है कि पाकिस्तान दे थल्ले लग जूगी। 100 मतभेद साडे हो सकदे ने, थोड़े ख्याल च मोदी जी जां गृह मंत्री अमित शाह जी जां रक्षा मंत्री राजनाथ जी थोड़े ख्याल च एंटी नैशनल ने, वह देशभगत ने, पर गल पुठी कर रहे ने। जब तुसी पुठी गल करोगे थोड़ी देशभक्ति की करूगी, कम तो तुसी वो कर रहे हो, मैं सर्जन हाँ, मैं कम तो मरीज़ नूं मारन वाला करी जावां, फिर मेरी इमानदारी मेरी सुहिरदता की करूगी। ये सारे देशभक्त ने, पर यह देश नूं वंड रहे ने, ये राष्ट्रवाद के नाँ ते देश का पट्ठा बिठा रहे ने, इन्हां दी अखां अगे थनों फुड्डी हुई है, क्योंकि इन्होंने यह बच्चा जनया नहीं आजादी वाला, बच्चा किसी होर ने जनया, तुसी किसी होर ने चले ने, इस करके इन्हां नूं पता ही नहीं भी जिदे आज़ादी खुस गई उदे की हाल हो। एक ईस्ट इंडिया कंपनी आई सी भाई साहब, उन्हें पूरा मुल्क 200 साल गुलाम बना के रखा अंग्रेज़ ने, अज ये कंपनी सद्दा देंगे ने। और मनमोहन सिंह जी ने भी कहा यस आई एम हेयर टू सैल इंडिया, जो तुम भी आपे हिसाब ला लो, आखिरी गल आप टाइम लंबा ना करिए, भी जोड़ा जवाक उठ के नवी पीढ़ी घर की बनी हुई जायदाद में बेचे वो सियाणा होंगे, जोड़ा जायदाद बनावे वह सियाणा होंगे। ठीक है सर, गलबात करने वास्ते बहुत बहुत शुक्रिया जी। सो ये सन डॉक्टर प्यारेलाल गर्ग जिन्होंने गल की है कि जो सरकार है उन्होंने कामकाज कुछ इस तरह के चल रहे हैं कि लोगों की जी बेभरोसगी है वो सरकार हो गई है, तो लोग एक दूजे पर विश्वास करना बंद कर गए हैं। सो धर्म के नाँ के उत्ते, जात पातों के नाँ के उत्ते सरकारों ने कुछ नहीं करना चाहिए, जो स्टेटों के अधिकार ने वह भी नहीं खोने चाहिए, ताकि जो स्टेटा की डिवेलपमेंट है जिद लोगों का रोज़गार जुड़ा है, लोगों की इंटरनल सिक्योरिटी जुड़ी हुई है, जो का एक दूजे के नाल रहन का जां रूहानियत का एक रिश्ता जुड़ा हुंदा, वो सारा कुछ सरकार नूं सोचना चाहिए हैगा, ताकि लोग मिलजुल के शांति दे नाल अपने देश दे विच रह सकन। कैमरामैन सोनी दे नाल सुशील गर्चा, दैनिक सवेरा, चंडीगढ़। अलीशा बेगम एक औरत का दुख एक औरत ही समझ सकती है, रूहानी ते काली शक्तियां दी मालकन, दुनिया दा सब तो चमत्कारी इल्म मेरे कोल है, मेरे कीते नूं कोई कट नहीं सकदा, काला इल्म करना अते तोड़ना हर एक दे बस दी गल नहीं, परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण एक सच्चाई है, वशीकरण करवाओ, मन चाह प्यार पाओ, की तुहाडी किस्मत च लॉटरी दा योग है जां नहीं, सच्चाई जानो, लॉटरी नंबर पाओ, भावें 649 होवे जां लोटो मैक्स, 11 घंटे च करवाओ हर परेशानी दा हल घर बैठे, अष्टाम पेपर ते लिख के लवो कम दी गारंटी, कहने तो बाहर है तुरंत संपर्क करो, तुहाडी हर गल गुप्त रखी जाएगी। अलीशा बेगम। वर्ल्ड फेमस बाबा सलीम खान 21 बार गोल्ड मेडलिस्ट, सारियां थावां तो निराश अते मायूस होने वाले एक बार फोन जरूर करो, जिवें चाहोगे ओवें होएगा, इट्स माय प्रॉमिस, इमीडिएटली रिजल्ट, ओपन चैलेंज, इल्मा दे माहिर, ए टू जेड समस्यावां दा फोन ते घर बैठे करवाओ हल, वशीकरण अते मुठकरनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत, सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी चनपन, जादू टोना, मनमोहनी वशीकरण करवाओ जा तुड़वाओ, रुसे नूं मनाओ, हुणे कॉल करो बाबा सलीम खान 98199 37467।